लुधियाना दे विच वीन्स लेडीज क्लब दे वल्लों सौण दा महीना सैलीब्रेट किया गया। तो तुहानू दस दईए कि इस फंक्शन दे विच क्लब मैंबर्स दे वल्लों थीम ट्विनिंग रखा गया। इस दे नाल ही जिहड़े क्लब मैंबर्स ने दो दो मैंबर्स एक तरह के कपड़े इस दे नाल ही एक तरह की ज्वेलरी पा के इस फंक्शन दे विच आए सी। जेकर गल की जाए क्लब प्रेजीडेंट की तो प्रेजीडेंट धीरा मेहरा ने वाइस प्रेजीडेंट पवनीत पावा दे नाल ट्विनिंग की सी। इस दे नाल ही पार्टी थीम के अनुसार सज धज के आए मैंबर्स की सराहना भी की गई। किसी ने साड़ी तो किसी ने वैसटर्न ड्रैस दे विच ट्विनिंग की हुई सी। क्लब मैंबर्स ने उपर मंच के उपर एक दूसरे बारे गलबात की। इस दे नाल ही जिहड़े सौण दे महीने दे गाने हुंदे ने उन्होंने उपर प्रस्तुति भी दिती। पीटीसी शो की सैकेंड विनर गुरलीन कौर मुख मेहमान दे वजों इस फंक्शन दे विच पहुंचे सी। क्लब मैंबर्स ने तंबोला खेल के इस फंक्शन का आनंद माणिया। जनहितैषी टीआरपी नहीं खरीदते, भरोसा जीते हैं हम। मेरा नाम गुरलीन कौर है, मिस पीटीसी पंजाबी सेकंड रनर हूं। आज इतने तुसी चीफ गेस्ट पहुंचे हो ना? हां जी। की प्रोग्राम सीगा जी? आज एक्चुअली लेडीज दा क्लब है, उन्होंने तीज दा प्रोग्राम ऑर्गेनाइज किया सीगा। तुहानू सारयां नू पता ही होना सौण दे महीने दे विच तीयां मनाईयां जांदियां ने, तां ओही फेस्टिवल हुण शहरां दे विच मेंटेन करन लई अज कीता गया है प्रोग्राम। ते मैनू पर्सनली बहुत अच्छा लग्या इत्थे आके। ਤੀਆਂ ਦਾ ਜਿਹੜਾ ਤਿਉਹਾਰ ਸਾਡਾ ਸੱਭਿਆਚਾਰਕ ਤਿਉਹਾਰ ਹੈ। ਹਾਂਜੀ। ਪਰ ਇਸ ਤਰ੍ਹਾਂ ਦੇ ਜਿਹੜੇ ਫੰਕਸ਼ਨ ਵਗੈਰਾ ਕਾਫੀ ਹੁੰਦੇ ਹੈਗੇ ਆ, ਪਰ ਸਾਨੂੰ ਜਿਹੜਾ ਕਲਚਰਲ ਕੋਈ ਵੀ ਪ੍ਰੋਗਰਾਮ ਨਹੀਂ ਦੇਖਣ ਨੂੰ ਮਿਲਦਾ, ਉਹ ਕਿਤੇ ਨਾ ਕਿਤੇ ਛੁੱਟਦਾ ਜਾ ਰਿਹਾ। ਤੁਸੀਂ ਕੀ ਸੋਚ ਰਹੇ ਹੋ ਉਸ ਬਾਰੇ? ਮੈਂ ਇਸ ਚੀਜ਼ ਤੋਂ ਅਗਰੀ ਨਹੀਂ ਕਰਦੀ। ਮਿਸ ਇਸ ਟਾਈਮ ਦੇ ਵਿੱਚ ਮਿਸ ਪੀਟੀਸੀ ਪੰਜਾਬੀ ਔਰਗਨਾਈਜ਼ ਕੀਤਾ ਆ ਪੀਟੀਸੀ ਵਾਲਿਆਂ ਨੇ, ਤਾਂ ਇਹ ਆ ਵੀ ਕਲਚਰ ਵੱਧਦਾ ਜਾ ਰਿਹਾ ਅੱਗੇ ਤੋਂ ਅੱਗੇ। ਹੁਣ ਜਿਵੇਂ ਚਾਹੇ ਅਸੀਂ ਸ਼ਹਿਰ 'ਚ ਰਹਿੰਦੇ ਹਾਂ ਪਰ ਫਿਰ ਵੀ ਕਲਚਰ ਪਿੱਛੇ ਨਹੀਂ ਛੁੱਟ ਰਿਹਾ ਆਪਣੇ ਤੋਂ। ਮੈਂ ਅੱਜ ਪੰਜਾਬੀ ਡਰੈਸਅਪ ਕਰਕੇ ਆਈ ਹਾਂ, ਇਹਦਾ ਮਤਲਬ ਇਹ ਨਹੀਂ ਮੈਂ ਜਸਟ ਪੰਜਾਬੀ ਨੂੰ ਸ਼ੋਅ ਕਰ ਰਹੀ ਹਾਂ, ਅੰਦਰ ਹੀ ਮੇਰੇ ਪੰਜਾਬੀਅਤ ਆ, ਤਾਂ ਹੀ ਮੈਂ ਕਰਕੇ ਮਿਸ ਪੀਟੀਸੀ ਪੰਜਾਬੀ ਦੀ ਸੈਕਿੰਡ ਰਨਰ ਅਪ ਬਣੀ ਹਾਂ। ਤਾਂ ਮੈਨੂੰ ਨਹੀਂ ਲੱਗਦਾ ਵੀ ਕਲਚਰ ਕਿਤੇ ਵੀ ਛੁੱਟ ਰਿਹਾ ਆ। ਦੇਖੋ ਜੀ, ਮੈਂ ਇਸ ਸਾਲ ਮਤਲਬ ਸੈਕਿੰਡ ਰਨਰ ਅਪ ਰਹੀ ਹਾਂ। ਪਹਿਲਾਂ ਮੈਂ ਆਡੀਸ਼ਨ ਦੇ, ਫਿਰ ਅੱਗੇ ਸਟੂਡੀਓ ਰਾਊਂਡਸ ਹੁੰਦੇ ਨੇ, ਇੱਦਾਂ ਹੀ ਇੱਦਾਂ ਤੁਸੀਂ ਪਰਫੋਰਮੈਂਸਿਸ ਦਿੰਦੇ ਹੋ, ਸਿਲੈਕਟ ਹੁੰਦੇ ਰਹਿੰਦੇ ਹੋ, ਤਾਂ ਫਿਰ ਗ੍ਰੈਂਡ ਫਿਨਾਲੇ ਤੱਕ ਪਹੁੰਚਦੇ ਹੋ। ਇਸ ਦੇ ਵਿੱਚ ਵੀ ਕੋਈ ਜਿਸ ਤਰ੍ਹਾਂ ਕਹਿੰਦੇ ਕਿ ਬੈਕਗ੍ਰਾਊਂਡ ਹੋਣੀ ਜ਼ਰੂਰੀ ਹੈ, ਕੋਈ ਜਿਸਨੇ ਪਾਰਟੀਸਪੇਟ ਕਰਨਾ ਜਾਂ ਸਿਫਾਰਿਸ਼ ਹੋਣੀ ਚਾਹੀਦੀ, ਫਿਰ ਇਸ ਤਰ੍ਹਾਂ ਦਾ ਤੁਹਾਨੂੰ ਆਇਆ ਮੌਕਾ? ਨਹੀਂ, ਦੇਖੋ ਜੀ, ਇਹ ਪਿਓਰ ਟੈਲੈਂਟ ਉਹ ਤਰਾਸ਼ਦੇ ਨੇ ਵੀ ਮੈਂ ਇਸ ਬੈਕਗ੍ਰਾਊਂਡ ਨੂੰ ਬਿਲੋਂਗ ਨਹੀਂ ਕਰਦੀ। ਫਸਟ ਟਾਈਮ ਗਈ ਸੀ ਬਟ ਮੇਰਾ ਟੈਲੈਂਟ ਹੀ ਸੀ ਜਿਹੜਾ ਮੈਨੂੰ ਅੱਗੇ ਲੈ ਕੇ ਗਿਆ, ਤਾਂ ਵੀ ਸਿਫਾਰਿਸ਼ ਵਾਲਾ ਤਾਂ ਕੋਈ ਕੰਮ ਹੀ ਹੈ ਨਹੀਂ ਆ, ਕਿਉਂਕਿ ਇਸ ਫੀਲਡ ਦੇ ਵਿੱਚ ਕਾਫੀ ਸੁਣਨ ਨੂੰ ਵੀ ਮਿਲਦਾ ਕਿ ਲੜਕੀਆਂ ਨੂੰ ਕੰਪਰੋਮਾਈਜ਼ ਤੱਕ ਵੀ ਕਰਨ ਨੂੰ ਕਿਹਾ ਜਾਂਦਾ ਹੈ। ਦੇਖੋ ਜੀ, ਇਹ ਤਾਂ ਸਭ ਦੀ ਆਪਣੀ ਸੋਚ ਹੈ, ਜੇ ਤੁਸੀਂ ਇੱਕਦਮ ਸਕਸੈਸ ਚਾਹੁੰਦੇ ਹੋ ਉਹ ਤਾਂ ਮਿਲਣੋ ਰਹੀ, ਬਟ ਇੰਨਾ ਸਾਫ਼ ਸੁਥਰਾ ਸ਼ੋਅ ਹੈ, ਜੱਜਸ ਅਸੀਂ ਪ੍ਰੋਪਰ ਮੈਨੇਜਮੈਂਟ ਨੂੰ ਮਿਲੇ ਹਾਂ ਐਕਚੁਅਲੀ, ਕਿਉਂਕਿ ਬਾਹਰ ਬੈਠੇ ਬੰਦਿਆਂ ਨੂੰ ਨਹੀਂ ਪਤਾ ਅੰਦਰ ਕੀ ਹੋ ਰਿਹਾ ਆ, ਬਟ ਮੇਰੇ ਨਾਲ ਅਤੇ ਕਿਸੇ ਨਾਲ ਵੀ ਮੈਨੂੰ ਲੱਗਦਾ ਇੱਦਾਂ ਦੀ ਪੀਟੀਸੀ ਦੇ ਵਿੱਚ ਕੋਈ ਚੀਜ਼ ਹੋ ਹੀ ਨਹੀਂ ਸਕਦੀ। ਹਾਂਜੀ ਹਾਂਜੀ, ਹੋਇਆ ਸੀ, ਬਟ ਐਕਚੁਅਲੀ ਹੁਣ ਤੁਹਾਨੂੰ ਪਤਾ ਹੀ ਆ ਵੀ ਉਹ ਕੰਟਰੋਵਰਸੀਜ਼ ਕਈ ਵਾਰੀ ਫੇਮ ਕਰਕੇ ਕੀਤੀਆਂ ਜਾਂਦੀਆਂ ਨੇ ਕੰਟੈਸਟੈਂਟਸ ਵੱਲੋਂ, ਬਟ ਮੈਂ ਉੱਥੇ ਰਹੀ ਹਾਂ, ਬੈਕਗ੍ਰਾਊਂਡ ਮੈਨੂੰ ਪਤਾ ਹੈ ਕੀ ਸੀਗਾ, ਬਟ ਸਾਡੇ ਨਾਲ ਇੱਦਾਂ ਦਾ ਕੁਛ ਵੀ ਨਹੀਂ ਹੋਇਆ ਸੀਗਾ। ਅਤੇ ਮੈਨੂੰ ਲੱਗਦਾ ਅੱਜ ਉਹ ਮੌਕਾ ਨਹੀਂ ਹੈਗਾ ਸਾਨੂੰ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਹਾਂਜੀ, ਬਟ ਮੈਂ ਪੂਰਾ ਕਲੀਅਰ ਕਰ ਦੇਣਾ ਚਾਹੁੰਦੀ ਹਾਂ ਵੀ ਕੁੜੀਆਂ ਆਪਣੇ ਡ੍ਰੀਮਸ ਨੂੰ ਫੋਲੋ ਕਰਨ, ਸਿਫਾਰਿਸ਼ਾਂ ਇਹ ਸਭ ਚੀਜ਼ਾਂ ਤਾਂ ਚੱਲਦੀਆਂ ਰਹਿੰਦੀਆਂ ਨੇ, ਬਟ ਜੇ ਤੁਸੀਂ ਟਰੂ ਹੋ ਆਪਣੇ ਟੈਲੈਂਟ ਨੂੰ ਲੈ ਕੇ ਤਾਂ ਤੁਹਾਨੂੰ ਪਿੱਛੇ ਕੋਈ ਨਹੀਂ ਰੱਖ ਸਕਦਾ। ਬਸ ਅੱਛਾ, ਸਤਿ ਸ਼੍ਰੀ ਅਕਾਲ, ਮੇਰਾ ਨਾਮ ਕਰਮਨਪ੍ਰੀਤ ਕੌਰ ਹੈ ਔਰ ਮੇਰੀ ਆਪਣੀ ਡਾਂਸ ਅਕੈਡਮੀ ਹੈ ਡਾਂਸੋਲੋਜੀ ਬਾਏ ਕਰਮਨ ਡੁਗਰੀ ਫੇਸ 2 'ਚ। ਅੱਜ ਮੈਂ ਪ੍ਰੋਪਰ ਪੈਕੇਜ ਦਿੱਤਾ ਲੇਡੀਜ਼ ਨੂੰ ਔਰ ਇੱਥੇ ਕਲੱਬ ਵਿੱਚ ਮੈਂ ਆਪਣਾ ਸੈਮੀ ਕਲਾਸੀਕਲ ਟੈਲੈਂਟ ਵੀ ਦਿਖਾਇਆ, ਮੈਂ ਬੋਲੀਵੁੱਡ ਵੀ ਦਿਖਾਇਆ, ਮੈਂ ਹਿਪ ਹੋਪ ਵੀ ਕਰਕੇ ਦਿਖਾਇਆ, ਐਂਡ ਆਫਟਰ ਦੈਟ ਮੈਂ ਭੰਗੜਾ ਵੀ ਦਿਖਾਇਆ ਆਪਣਾ, ਜੋ ਸਾਡਾ ਇੱਥੇ ਦਾ ਵਿਰਾਸਤ ਹੈ ਭੰਗੜਾ, ਉਹ ਵੀ ਮੈਂ ਇਹਨਾਂ ਨੂੰ ਸ਼ੋਅ ਕੀਤਾ ਕਿ ਹਾਂ। ਮੀਡੀਆ ਦੇ ਜ਼ਰੀਏ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਲੜਕੀਆਂ ਲੜਕੇ ਨੂੰ ਜਿਹੜੇ
ਅੱਜ ਕੱਲ੍ਹ ਮੇਰੇ ਹਿਸਾਬ ਨਾਲ ਸਭ ਨੂੰ ਰਿਅਲਾਈਜ਼ ਹੋ ਗਿਆ ਹੋਏਗਾ ਕਿ ਫਿਟਨੈਸ ਕਿੰਨੀ ਇੰਪੋਰਟੈਂਟ ਹੈ. ਅੱਜ ਕੱਲ੍ਹ ਕਰੋਨਾ ਟਾਈਮ 'ਚ ਸਾਨੂੰ ਸਮਝ ਆ ਗਈ ਹੈ ਕਿ ਜੇ ਸਾਡੇ ਕੋਲ ਫਿਟਨੈਸ ਨਹੀਂ ਨਾ ਹੈਗੀ ਤਾਂ ਅਸੀਂ ਜੀ ਨਹੀਂ ਸਕਦੇ. ਅੱਜ ਕੱਲ੍ਹ ਅਗਰ ਅਸੀਂ ਫਿੱਟ ਨਹੀਂ ਹੋਵਾਂਗੇ ਤਾਂ ਸਾਡੀ ਬੋਡੀ ਅਲਾਊ ਨਹੀਂ ਕਰੇਗੀ. ਅਗਰ ਇੱਦਾਂ ਦੀ ਡਿਜ਼ੀਜ਼ ਫੈਲਦੀ ਹੈ ਤਾਂ ਸਾਨੂੰ ਫਿੱਟ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਉਹਨੂੰ ਫੇਸ ਕਰ ਸਕੀਏ. ਸੋ ਆਈ ਥਿੰਕ ਡਾਂਸ ਸਭ ਤੋਂ ਅੱਛੀ ਫਿਟਨੈਸ ਹੈ. ਅਗਰ ਅਸੀਂ ਡਾਂਸ ਕਰਾਂਗੇ ਔਰ ਪ੍ਰੋਪਰ ਫਿੱਟ ਰਹਾਂਗੇ ਨਾ ਤਾਂ ਈਵਨ ਤੁਹਾਨੂੰ ਕੋਈ ਕੁਛ ਨਹੀਂ ਕਹਿ ਸਕਦਾ. ਸਾਡੀ ਇਮਿਊਨਿਟੀ ਇੰਨੀ ਸਟਰੋਂਗ ਹੋ ਜਾਂਦੀ ਹੈ, ਸਾਡੀ ਬੋਡੀ ਇੰਨੀ ਸਟਰੋਂਗ ਹੋ ਜਾਂਦੀ ਹੈ, ਉਹ ਹਰ ਇੱਕ ਚੀਜ਼ ਨੂੰ ਫੇਸ ਕਰ ਸਕਦੀ ਹੈ. ਸੋ ਥਰੂ ਡਾਂਸ ਮੈਂ ਹਮੇਸ਼ਾ ਕਹਿੰਦੀ ਹਾਂ ਥਰੂ ਡਾਂਸ ਉਹ ਬਹੁਤ ਨੈਚੁਰਲ ਫਿਟਨੈਸ ਹੈ ਸਾਡੀ ਕਿ ਹਰ ਕੋਈ ਡਾਂਸ ਕਰਦਾ, ਹਰ ਕੋਈ ਭੰਗੜਾ ਪਾਉਂਦਾ. ਇੰਜੋਏ ਕਰਕੇ ਜੋ ਫਿਟਨੈਸ ਕੀਤੀ ਜਾਏ ਉਹਦੇ 'ਚ ਤਾਂ ਫਿਰ ਵੱਖਰਾ ਸਵਾਦ ਹੈ. नमस्कार, मैं धीरा मेहरा, प्रेसिडेंट वीनस लेडीज़ क्लब. आज हमने यहाँ पर सावन सेलिब्रेट किया. सावन का महीना चल रहा है, हमने सावन के साथ साथ ट्विनिंग में सब लोग आए. हम ये बताना चाहते हैं अपने वीनस क्लब की तरफ से कि जब हम दो लोग आपस में ट्विन करते हैं, एक दूसरे को और ज़्यादा जानते हैं, हमारा और प्यार बढ़ता है. और ये हमारा फैमिली क्लब है, हम चाहते हैं सबके बीच में प्यार ऐसे ही बना रहे और बढ़े. तो सब लोग आज यहाँ एक जैसी ड्रेसेस में आए, सब कुछ एक जैसा पहन कर आए और हमने यहाँ सावन की परफॉर्मेंस करी. और एक गुरलीन कौर हमारी यहाँ आज स्पेशल गेस्ट रही हैं, जो कि पीटीसी की सेकंड रनर अप हैं. टू ऑल, माई सेल्फ पवनीत पावा, वाइस प्रेसिडेंट वीनस लेडीज़ क्लब. आज हमने हरियाली, तीज और साथ में ट्विनिंग का कॉम्बो रखा था, जिसमें हमारे सारे मेंबर्स ने बहुत इंजॉय किया. ट्विनिंग में सारे फ्रेंड्स ट्विन होकर आए. जैसे जैसे हर तरफ बारिश से हरियाली हो रही है, वैसे हमारे क्लब में भी हरियाली और प्यार सब में दिखाई दिया. और इस उपलक्ष्य पर हमारे पास स्पेशल गेस्ट गुरलीन कौर आई, जो पीटीसी पंजाबी की सेकेंड रनर अप है, और डांसोलॉजी अकेडमी से मन कौर आई, जिन्होंने बहुत अच्छी परफॉर्मेंस दी. इसके अलावा क्लब मेंबर्स ने बहुत अच्छे सावन के सॉन्ग्स पे डांस किया. हमारा यही मकसद रहता है कि हम अपने क्लब के थ्रू सबको ये बताएं कि हम एक परिवार की तरह कैसे चल सकते हैं. अलग अलग परिवारों से होते हुए भी यहाँ हम एक परिवार के रूप में रहते हैं. थैंक यू सो मच. यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें. ऐसी और अपडेट्स देखने के लिए बेल आइकॉन जरूर दबाएं.